बिस्मिल्लाहिर्रहमानिर्रहीम अस्सलामुअलैकुम जी व्यूअर्स, कैसे हैं आप? आई होप यू हैविंग अ गुड डे। अस्सलामुअलैकुम का मतलब है कि आप सलामत रहें। तो आज हम जिस वीडियो पे कमेंट कर रहे हैं, अहमद बताएंगे वो कौन सी वीडियो है। सो टुडे वी आर रिएक्टिंग टू द इंडियन पंजाबी मूवी ट्रेलर नेम नौकर वहुती दा। नौकर वहुती दा के नाम से कुछ पुरानी यादें आती हैं। 1976 में पाकिस्तान में एक फिल्म बनी थी नौकर वहुती दा, जिसके हीरो उस वक्त के मशहूर कॉमेडियन मुनव्वर ज़रीफ़ साहब और खूबरू अदाकारा आसिया थी। इसी तरह एक धर्मिंदर साहब की फ़िल्म बनी थी नौकर बीवी का, उर्दू फिल्म थी बॉलीवुड की, वो भी थी। तो देखना ये है कि ये फ़िल्म सिर्फ नाम से मिलती है या इसके कहानी भी कोई सेम है। ये तो बहुत इंटरेस्टिंग बात है, मैं ये दोनों फिल्में ज़रूर देखूँगा। तो देखते हैं इसका ट्रेलर और फिर उसके बाद हम करते हैं। जी 1 2 3 गो। मम्मा पापा जो डिसाइड की है कि तुझे मैं अपनी सारी प्रॉब्लम्स के सुनगे ते अपन नाल बैठे सॉल्व करा। चलो हुन एक एक करके अपनी प्रॉब्लम्स दसो। साइंस कह रही है एक दिन ਦੇ ਵਿੱਚ ਇੱਕ ਬੰਦੇ ਦੀ 30000 ਸ਼ਬਦ ਸੁਣਨ ਦੀ ਕੈਪੈਸਿਟੀ ਹੁੰਦੀ ਹੈ। शौक ਤੈਨੂੰ ਪਤਾ ਕਿੰਨੀ ਇੱਜ਼ਤ ਕਰਦਾ ਮੇਰੀ ਉਹ ਮੁੰਡੀ ਸਾਇਆ ਕੁੱਤੇ ਕਿਨੇ ਕੀ ਕਹਦਾ ਤੇਰੇ ਕੰਨ ਤੇ ਤੱਪੜ ਮਾਰਮਸ਼ ਇਹਨੂੰ ਇੱਜ਼ਤ ਕਹਿਣਾ ਨਾ ਫੇਰ ਨਹੀਂ ਬੈਠੀ ਮਹਿਸੂਸ ਹੁੰਦੀ ਤੈਨੂੰ ਜੀ ਲੱਗਣੋਂ ਹਟਾ ਦੀ ਜੱਟ ਦਾ ਕੀ ਹੱਥ ਦੇ ਮਾਰ ਲਈਏ ਤੂੰ ਮੈਨੂੰ ਤਾਂ ਲੱਗਦਾ ਬੱਚਾ ਜੰਮ ਕੇ ਗਲਤੀ ਕਰ ਲਈ ਨਾ ਮੈਂ ਕਿਵੇਂ ਗਲਤੀ ਕਰ ਲੂੰ ਜੀ ਅਫੋਰਡ ਨਹੀਂ ਕਰ ਸਕਦਾ ਸੀ ਤੈਨੂੰ ਜੰਮਿਆ ਕਿਉਂ ਨਾ ਮੈਂ ਕਿਵੇਂ ਜੰਮ ਲੂੰ ਮੈਨੂੰ ਵੀ ਕੋਈ ਸ਼ੌਕ ਨਹੀਂ ਸੀ ਇਹਨੂੰ ਜੰਮਣ ਦਾ ਮੈਨੂੰ ਇਹ ਸ਼ੌਕ ਸੀ ਤੁਹਾਡੇ ਦੋਨਾਂ ਦੇ ਘਰ ਜੰਮਣ ਦਾ ਹੋ ਜਾਂਦੀਆਂ ਨੇ ना तेन रहना नहीं आया, बिना तू रह नहीं सकता, की करिए तेरा गल किसी पास भी जा सकती। मेरे सच बोलने की ताकत नहीं सी। जिम मार के जाना सी। और तुम भी बड़ी सोच रही थी जोरे जोरे अपने पति परमेश्वर को चढ़ के इतने बैठी है। पति परमेश्वर नहीं, पूरा कंजरा कंजर। जी मैं मोटे लग रहा हूँ। मोटे पंजाबी एक मशहूर गायक ने कहे बस गायक ही करे। सारा जग होगा नौकर वहुती दा। होगा नौकर वहुती दा। सारा जग होगा नौकर वहुती दा। वहुती दा नौकर वहुती दा। बोली वीरे मेरी खतरना मेरे सोने के करे थोड़े दिन लिए कुक लगना पड़ेगा। आप उसे ड्राइवर लगा मेनू कुक लवा दे। मेरी मासी का मुंडा फ्री है, उसे सिक्योरिटी गार्ड लवा दे। तेरा चाचा भी पिंड वेला ही है, उन माली लवा उसे। क्या सोने की लेबर सेट कर रहे हैं यार तू। जो कार इंजन तलिया चसेगा ਇਹ ਤੇ ਸੀ ਟ੍ਰੇਲਰ ਨੌਕਰ ਵਹੁਤੀ ਦਾ। ਪੰਜਾਬੀ ਫਿਲਮ ਹੈ ਤੇ ਉਹਦੇ ਤੇ ਪੰਜਾਬੀ ਚ ਕਮੈਂਟ ਕਰਨੇ ਆ। ਪੰਜਾਬੀ ਇੱਕ ਐਸੀ ਜ਼ੁਬਾਨ ਹੈ ਜਿਹਦੇ ਚ ਜੁਗਤ ਤੇ ਮਜ਼ਾ ਅੱਛਾ ਲੱਗਦਾ, ਔਰ ਮੇਰੇ ਖਿਆਲ ਤੇ ਜੁਗਤ ਦੀ ਪੈਦਾਇਸ਼ ਹੋਈ ਪੰਜਾਬੀ ਜ਼ੁਬਾਨ ਵਾਸਤੇ ਵੀ। ਅਗਰ ਜੁਗਤ ਨੂੰ ਕਿਸੇ ਹੋਰ ਜ਼ੁਬਾਨ ਵਿੱਚ
ਕੀਤਾ ਜਾਵੇ ਤਾਂ ਉਹ ਇੰਝ ਲੱਗਦਾ ਜਿਵੇਂ ਜੁਗਤ ਨੂੰ ਜੁਗਤ ਵੱਜ ਗਈ। ਸੋ ਗਿੱਪੀ ਗਰੇਵਾਲ ਸਾਹਿਬ ਦੇ ਗਾਣੇ ਦਾ ਮਜ਼ਾ ਆ ਗਿਆ, ਬਹੁਤ ਹੀ ਮਜ਼ਾ ਆਇਆ। ਪਾਕਿਸਤਾਨ ਵਿੱਚ ਅਸੀਂ ਗਿੱਪੀ ਗਰੇਵਾਲ ਦੀ ਐਕਟਿੰਗ ਦੇ ਨਾ ਸਿਰਫ ਫੈਨ ਹਾਂ ਬਲਕਿ ਉਹਨਾਂ ਦੀ ਆਵਾਜ਼ ਦੇ ਵੀ ਅਸੀਂ ਫੈਨ ਹਾਂ ਸਾਰੇ। ਇੱਕ ਚੀਜ਼ ਕਲੀਅਰ ਹੋ ਗਈ ਹੈ ਕਿ ਨੌਕਰ ਵੋਟੀ ਦਾ ਜਿਹੜੀ ਫਿਲਮ ਹੈ ਇਹਦੀ ਸਟੋਰੀ ਬਿਲਕੁਲ ਡਿਫਰੈਂਟ ਹੈ ਪਾਕਿਸਤਾਨੀ ਨੌਕਰ ਵੋਟੀ ਦਾ ਜਾਂ ਨੌਕਰ ਬੀਵੀ ਕਾ ਜਿਹੜੀ, ਇਹਨਾਂ ਤੋਂ ਬਿਲਕੁਲ ਡਿਫਰੈਂਟ ਹੈ। ਹਾਂ ਇੱਕ ਜ਼ਰੂਰ ਹੈ ਕਿ ਇੱਕ ਬਾਲੀਵੁੱਡ ਦੀ ਹੀ ਫਿਲਮ ਸੀ ਚਾਚੀ 420, ਉਹਦੀ ਕਹਾਣੀ ਨਾਲ ਇਹਦੀ ਕਹਾਣੀ ਮਿਲਦੀ ਜੁਲਦੀ ਹੈ। ਗੱਲ ਕਰਦੇ ਹਾਂ ਇਹਦੇ ਡਾਇਰੈਕਟਰ ਸਾਹਿਬ ਦੀ, ਸਮੀਪ ਕਾਂਗ ਸਾਹਿਬ। ਸਮੀਪ ਕਾਂਗ ਸਾਹਿਬ ਨੇ ਦੀਆਂ ਜਿਹੜੀਆਂ ਅੱਛੀਆਂ ਪੰਜਾਬੀ ਫਿਲਮਾਂ ਸਨ ਉਹਨਾਂ 'ਚੋਂ ਲਾਵਾਂ ਫੇਰੇ ਇੱਕ ਫਿਲਮ ਸੀ ਜਿਹੜੀ ਸਾਡੀ ਬੜੀ ਫੇਵਰੇਟ ਫਿਲਮ ਸੀ ਸਾਹਿਬ ਦੀ, ਬਹੁਤ ਅੱਛੀ ਲੱਗਦੀ ਹੈ, ਮੇਰੀ ਫੇਵਰੇਟ ਫਿਲਮ ਹੈ ਉਹ। ਸੋ ਗੱਲ ਕਰਨੀ ਇਹਦੇ ਐਕਟਰਸ ਦੇ ਬਾਰੇ 'ਚ, ਹੀਰੋ ਜਿਹੜੇ ਨੇ ਬਿਨੋ ਢਿੱਲੋਂ ਸਾਹਿਬ, ਇਹ ਪੰਜਾਬ ਦੇ ਰਹਿਣ ਵਾਲੇ ਨੇ, ਉੱਥੋਂ ਦੇ ਪੈਦਾਇਸ਼ੀ ਨੇ ਅਤੇ 23 ਅਗਸਤ 1975 ਦੇ ਇਹਨਾਂ ਦੀ ਪੈਦਾਇਸ਼ ਹੈ ਅਤੇ ਬਹੁਤ ਅੱਛੇ ਕੁਦਰਤੀ ਐਕਟਰ ਨੇ। ਔਰ ਪਹਿਲੇ ਇਹ ਭੰਗੜਾ ਡਾਂਸਰ ਦੇ ਤੌਰ 'ਤੇ ਆਪਣਾ ਕੈਰੀਅਰ ਇਹਨਾਂ ਦਾ ਸ਼ੁਰੂ ਹੋਇਆ ਸੀ ਅਤੇ ਟੀ ਵੀ ਸ਼ੋਜ਼ ਜਿਹੜੇ ਸੀ ਇਹ ਪਹਿਲੇ ਕਰਦੇ ਸਨ। ਪਹਿਲੀ ਫਿਲਮ ਇਹਨਾਂ ਨੇ ਸੰਨ 2002 ਵਿੱਚ ਸ਼ਹੀਦ ਆਜ਼ਮ ਕੀਤੀ ਸੀ। ਫਿਰ ਇਸ ਤਰ੍ਹਾਂ ਮੁਖਤਲਿਫ ਸਟੇਜ ਤੈਅ ਕਰਦੇ ਕਰਦੇ 2012 ਵਿੱਚ ਇਹਨਾਂ ਨੂੰ ਬ੍ਰੇਕ ਮਿਲੀ ਕੈਰੀ ਔਨ ਜੱਟਾ ਵਿੱਚ। ਇਤਨੀ ਕਮਾਲ ਫਿਲਮ ਹੈ ਵੋ ਤੋ। ਕੈਰੀ ਔਨ ਜੱਟਾ ਤੋਂ ਬਾਅਦ ਇਹਨਾਂ ਨੇ ਫਿਰ ਕੈਰੀ ਔਨ ਹੀ ਰੱਖਿਆ। ਕਮਾਲ ਦੇ ਐਕਟਰ ਨੇ ਇਹਨਾਂ ਦੀਆਂ ਜਿਹੜੀ ਇਸ ਸਾਲ ਆਉਣ ਵਾਲੀਆਂ ਫਿਲਮਾਂ ਆਈਆਂ ਨੇ ਤਾਜ਼ੀਆਂ, ਉਹਨਾਂ 'ਚ ਕਾਲਾ ਸ਼ਾਹ ਕਾਲਾ, ਬੈਂਡ ਬਾਜੇ ਅਤੇ ਹੈ ਨੌਕਰ ਵੋਟੀ ਦਾ ਸ਼ਾਮਿਲ ਨੇ। ਇਹਨਾਂ ਦੀ ਜਿਹੜੀ ਹੀਰੋਇਨ ਨੇ ਕੁਲਰਾਜ ਰੰਧਾਵਾ, ਉਹ ਜਨਾਬ ਦੇਹਰਾਦੂਨ ਦੀ ਰਹਿਣ ਵਾਲੀਆਂ ਨੇ ਅਤੇ 1983 ਦੀ ਪੈਦਾਇਸ਼ ਹੈ ਇਹਨਾਂ ਦੀ ਅਤੇ 2006 'ਚ ਗਾਲਬਨ ਇਹਨਾਂ ਨੇ ਪਹਿਲੀ ਫਿਲਮ ਕੀਤੀ ਸੀ, ਉਰਦੂ ਫਿਲਮ ਸੀ ਮੰਨਤ। ਅਤੇ ਇਹਨਾਂ ਦੀਆਂ ਜਿਹੜੀ ਉਰਦੂ ਫਿਲਮਾਂ ਦੇ ਵਿੱਚੋਂ ਯਮਲਾ ਪਗਲਾ ਦੀਵਾਨਾ ਅਤੇ ਹੋਰ ਵੀ ਕੁਝ ਫਿਲਮਾਂ ਨੇ ਜਿਹਦੇ 'ਚ ਇਹਨਾਂ ਨੇ ਕੰਮ ਕੀਤਾ। ਇੱਕ ਇਹਦੇ 'ਚ ਐਕਟਰ ਨੇ ਗੁਰਪ੍ਰੀਤ ਘੁੱਗੀ ਸਾਹਿਬ, ਕਿਆ ਬਾਤ ਹੈ, ਇਹਨਾਂ ਦੇ ਵੀ ਸਾਰਾ ਪੰਜਾਬ ਫੈਨ ਹੈ। ਇਹਨਾਂ ਦਾ ਅਸਲ ਨਾਂ ਸੀ ਗੁਰਪ੍ਰੀਤ ਵੜਾਏਚ, ਬਾਅਦ ਵਿੱਚ ਵੜਾਏਚ ਉਹਨਾਂ ਦੀ ਜਿਹੜੀ ਕਾਸਟ ਹੈ ਉਹ ਉਹਨਾਂ ਬਦਲ ਕੇ ਉਹਨਾਂ ਨੇ ਮਜ਼ਾਈਆ ਉਹਨੂੰ ਘੁੱਗੀ ਕਰ ਲਿਆ। 1971 ਦੀ ਇਹਨਾਂ ਦੀ ਪੈਦਾਇਸ਼ ਹੈ ਅਤੇ ਗੁਰਦਾਸਪੁਰ ਇਹਨਾਂ ਦਾ ਇਲਾਕਾ ਹੈ। ਇਹਨਾਂ ਦੇ ਵੱਡੇ ਜਿਹੜੇ ਸਨ ਉਹ ਪਾਕਿਸਤਾਨ ਦੇ ਸਿਆਲਕੋਟ ਦੇ ਰਹਿਣ ਵਾਲੇ ਸਨ ਔਰ 1990 'ਚ ਇਹਨਾਂ ਨੇ ਥੀਏਟਰ ਨਾਲ ਆਗਾਜ਼ ਕੀਤਾ। ਵਨ ਮੈਨ ਸ਼ੋਅ ਦੇ ਮਾਹਿਰ ਨੇ, ਪਾਕਿਸਤਾਨ 'ਚ ਬੜੇ ਪਾਪੂਲਰ ਨੇ। ਫਿਰ ਇੱਕ ਨੇ ਜਸਵਿੰਦਰ ਸਿੰਘ ਭੱਲਾ ਸਾਹਿਬ, ਇਹ 1960 ਦੀ ਪੈਦਾਇਸ਼ ਨੇ ਅਤੇ ਲਾਜਵਾਬ ਐਕਟਰ ਨੇ। ਸਾਡੇ ਸਾਰੀ ਫੈਮਿਲੀ ਇਹਨਾਂ ਦੀ ਫੈਨ ਹੈ, ਕੈਰੀ ਔਨ ਜੱਟਾ ਜਿਹੜੇ ਪਿਓ ਬਣੇ ਸਨ। ਔਰ ਬਹੁਤ ਅੱਛੀ ਐਕਟਿੰਗ ਕੀਤੀ ਸੀ ਉਸ ਫਿਲਮ ਵਿੱਚ, ਇਹਨਾਂ ਦੀ ਕੀ ਬਾਤ ਹੈ ਕਿ ਆਪਣਾ ਇਹਨਾਂ ਦਾ ਡਾਇਲਾਗ ਬੜਾ ਪਾਪੂਲਰ ਹੋਇਆ, ਕਿਹਾ ਕਾਲਾ ਕੋਟ ਮੈਂ ਐਵੇਂ ਨਹੀਂ ਪਾਇਆ। ਅਤੇ ਇਹਨਾਂ ਨੇ ਬਹਿਰਹਾਲ ਆਪਣਾ 1988 ਦੇ ਵਿੱਚ ਕਮੇਡੀਅਨ ਸ਼ੋਅ ਕੀਤਾ ਸੀ ਟੀ ਵੀ ਦਾ ਛਨਕਾਟਾ, ਉਹ ਇਹਨਾਂ ਦਾ ਬੜਾ ਅਰਸਾ ਚੱਲਦਾ ਰਿਹਾ। ਦੁੱਲਾ ਭੱਟੀ ਇਹਨਾਂ ਦੀ ਪਹਿਲੀ ਫਿਲਮ ਸੀ ਅਤੇ ਲਾਜਵਾਬ ਐਕਟਰ ਨੇ। ਅਤੇ ਇੱਕ ਇਹਦੇ 'ਚ ਉਪਾਸਨਾ ਸਿੰਘ ਨੇ, ਉਹ ਬੜੀ ਸਟਰਗਲ ਔਰ ਬੜੀ ਅੱਛੀ ਹੈਗੇ ਨੇ, ਕਪਲ ਸ਼ੋਅ ਜਿਹੜੇ ਬੂਆ ਬਣਦੀ ਸੀ, ਬੜੀ ਅੱਛੀ ਐਕਟਰਸ ਨੇ। ਅਤੇ ਕਹਾਣੀ ਇਹਦੀ ਜਿਹੜੀ ਹੈ ਨਾ, ਬਹੁਤ ਹੀ ਜਿਹੜੀ ਅੱਛੀ ਕਹਾਣੀ ਹੈ ਔਰ ਇੱਕ ਸਬਕ ਅਮੋਜ਼ ਕਹਾਣੀ ਹੈ ਕਿ ਘਰਾਂ ਦੇ ਵਿੱਚ ਜਿਹੜੇ ਮੀਆਂ ਬੀਵੀ ਛੋਟੇ ਛੋਟੇ ਝਗੜਿਆਂ ਨੂੰ ਲੈ ਕੇ ਅਤੇ ਸੀਰੀਅਸ ਹੋ ਜਾਂਦੇ ਨੇ ਅਤੇ ਉਹਨੂੰ ਵੱਡਾ ਕਰ ਲੈਂਦੇ ਨੇ, ਉਹ ਬਹੁਤ ਬੁਰੀ ਗੱਲ ਹੈ। ਇਹਦੇ ਤੋਂ ਬਾਅਦ ਔਕਾਤ ਘਰ ਟੁੱਟ ਜਾਂਦੇ ਨੇ, ਫੈਮਿਲੀਆਂ ਟੁੱਟ ਜਾਂਦੀਆਂ ਨੇ, ਬੱਚਿਆਂ ਦਾ ਬਹੁਤ ਬੜਾ ਇੱਕ ਉਹਨਾਂ ਦੀ ਜ਼ਿੰਦਗੀ 'ਚ ਇਨਕਲਾਬ ਆ ਜਾਂਦਾ। ਅਤੇ ਇਸ ਕਹਾਣੀ 'ਚ ਇਹੋ ਹੀ ਦੱਸਿਆ ਗਿਆ ਕਿ ਐਸਾ ਮਤ ਕਰੋ, ਘਰਾਂ 'ਚ ਅਗਰ ਛੋਟੇ ਮੋਟੇ ਕੋਈ ਝਗੜੇ ਹੁੰਦੇ ਨੇ ਤਾਂ ਉਹ ਆਪਸ ਵਿੱਚ ਹੀ ਇੱਕ ਪਿਆਰ ਮੁਹੱਬਤ ਨਾਲ ਉਹਨੂੰ ਸੁਲਝਾ ਲਓ, ਨਾ ਕਿ ਕੋਈ ਅਲੈਦਗੀ ਵਾਲੇ ਪਾਸੇ। ਇਹਨੂੰ ਅੱਲਾਹ ਤਾਲਾ ਨੇ ਵੀ ਨਾ ਪਸੰਦ ਫਰਮਾਇਆ ਅਤੇ ਕਿਸੇ ਵੀ ਮੁਆਸ਼ਰੇ 'ਚ ਅੱਛਾ ਨਹੀਂ ਸਮਝਿਆ ਜਾਂਦਾ। ਜੀ ਅਹਿਮਦ ਸਾਹਿਬ, ਤੁਸੀਂ ਕੀ ਸਿੱਖਿਆ ਜੀ? I learned that kids never want their parents to ever fight with each other. They always want them to live with love and harmony and peace, because when they fight it really greatly affects their mental health and their stability. Ji te nazreen, ummeed hai tuhanu saadi ye video pasand aayi hogi. Agar tusi pasand karde ho te ennu please subscribe karo aur ennu apne saathiyan de naal share vi karo aur bell icon zarur daba dena ਤਾਂ ਕਿ ਤੁਹਾਨੂੰ ਨਵੀਆਂ ਸਾਡੀਆਂ ਆਉਣ ਵਾਲੀਆਂ ਫਿਲਮਾਂ ਦਾ ਨੋਟੀਫਿਕੇਸ਼ਨ ਮਿਲ ਜਾਵੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਤੁਸੀਂ ਕਮੈਂਟਸ ਕਰਕੇ ਦੱਸੋ
कि असी अपने इस चैनल की सुधार करिए, अपना की आइडियाज़ ले आइए। तो जी अहमद साहब, सो वी विल सी यू गाइस इन द नेक्स्ट एपिसोड ऑफ दिस चैनल। अंटिल देन, अल्लाह हाफिज़। अल्लाह हाफिज़, बाय बाय।